ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਧੂਆ ਤੇ ਜਾਨਲੇਵਾ ਹਮਲਾ ਕਰਨ ਵਾਲੇ ਅਜਵਿੰਦਰ ਸਿੰਘ ਦੀ ਅਕਾਲੀ ਦਲ ਦੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਫੋਟੋ ਤੇ ਨਵਾਂ ਸਿਆਸੀ ਵਿਵਾਦ ਖੜਾ ਹੋ ਗਿਆ। ਇਸ ਫੋਟੋ ਤੇ ਆਪ ਦੇ MLA ਅਮਰਜੀਤ ਸਿੰਘ ਸੰਧੂਆ ਨੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਹੁਣ ਸੱਚਾਈ ਸਭ ਦੇ ਸਾਹਮਣੇ ਆ ਗਈ ਹੈ। ਉਹਨਾਂ ਕਿਹਾ ਕਿ ਸਭ ਆਪਸ ਵਿੱਚ ਮਿਲੇ ਹੋਏ ਨੇ ਤੇ ਇਹ ਨਹੀਂ ਚਾਹੁੰਦੇ ਕਿ ਆਮ ਆਦਮੀ ਪਾਰਟੀ ਦਾ ਕੋਈ MLA ਕੋਈ ਕੰਮ ਕਰੇ। ਸੱਚ ਸਾਹਮਣੇ ਆ ਗਿਆ, ਸਾਰਾ ਕੁਛ ਸੱਚਾਈ ਤੁਹਾਡਾ ਸਾਹਮਣੇ ਹੈ। ਤੁਸੀਂ ਤੁਹਾਨੂੰ ਪਤਾ ਲੱਗ ਗਿਆ ਨਾ ਸੱਚ ਕਿਆ ਚੀਜ਼ ਹੈ। ਇਹ ਸਾਰੇ ਮਿਲੇ ਮੁਲੇ ਵੀ ਹੈ, ਬੜੀਆਂ ਕੁਰਸੀਆਂ ਵਾਲੇ ਵੀ, ਛੋਟੀਆਂ ਕੁਰਸੀਆਂ ਵਾਲੇ ਜਿਹੜੇ ਉੱਤਰ ਗਏ ਉਹ ਵੀ, ਜਿਹੜੇ ਹੁਣ ਬੈਠੇ ਉਹ ਵੀ, ਸਾਰੇ ਰਲ ਮਿਲ ਕੇ ਕਰਾ ਰਹੇ ਹੈ ਵੀ ਇਹ ਕੁਛ ਕੰਮ ਨਾ ਕਰੇ। MLA ਰੋਕੇ ਨਾ ਕਿਸੇ ਨੂੰ ਵੀ, ਜਿੱਦਾਂ ਵੀ ਪਹਿਲਾਂ ਗੈਰ ਕਾਨੂੰਨੀ ਚੱਲ ਉਦੇ ਚੱਲਣ, ਤੁਹਾਡਾ ਸਾਹਮਣੇ ਸਾਰਾ ਕੁਛ, ਮੈਨੂੰ ਦੱਸਣ ਦੀ ਕੋਈ ਲੋੜ ਨਹੀਂ। ਮੈਂ ਕੁਛ ਨਹੀਂ ਕਹਿਣਾ, ਫੋਟੋ ਖਿਚਾਉਣੇ ਵਾਲੇ ਨੂੰ ਪੁੱਛ ਲਓ ਜਿਹਨਾਂ ਖਿਚਾਈ ਹੋਣੀ ਹੈ, ਆਪਣਾ ਆਪ ਉਹ ਜਵਾਬ ਦੇਣਗੇ। ਪਹਿਲਾਂ ਮੇਰੀਆਂ ਫੋਟੋਆਂ ਚੱਕੇ ਫਿਰਦੇ ਤੁਸੀਂ, ਉਹਨਾਂ ਦੇ ਪੁੱਛ ਲਓ ਵੀ ਤੁਸੀਂ ਕਿਉਂ ਕੀ ਹੁਣ ਹਲਕੇ ਦੇ ਵਿੱਚ ਨਜਾਇਜ਼ ਮਾਈਨਿੰਗ ਬੰਦ ਹੈ ਜਾਂ ਚੱਲਦੀ ਹੈ? ਹੋ ਰਹੀ ਹੈ, ਮੈਂ ਅੱਜ ਵੀ ਕਹਿੰਦਾ ਪੂਰੀ ਨਜਾਇਜ਼ ਮਾਈਨਿੰਗ ਚੱਲ ਰਹੀ ਹੈ, ਕੋਈ ਰੋਕ ਨਹੀਂ ਰਿਹਾ ਨਜਾਇਜ਼ ਮਾਈਨਿੰਗ ਨੂੰ। ਸਰਕਾਰੀ ਸ਼ਹਿਰ ਤੇ ਪੂਰਾ ਤੰਤਰ ਮਿਲਿਆ ਵਾ, ਉੱਪਰ ਥੱਲਾ ਤੰਤਰ ਚਲਾ ਰਿਹਾ ਸਾਰਾ ਕੁਛ। ਤੁਸੀਂ ਅੱਗੇ ਜਾਂਦੇ ਸੀ, ਛਾਪੇ ਮਰਵਾਉਂਦੇ ਸੀਗੇ ਸਭ, ਤੁਸੀਂ ਕਿਉਂ ਚੁੱਪ ਹੋ ਗਏ? ਮੈਂ ਕਿਉਂ ਚੁੱਪ ਹੈ? ਮੈਂ ਅੱਜ ਵੀ ਮਾਈਨਿੰਗ ਦੇ ਖਿਲਾਫ ਬੋਲਦਾ ਕਿ ਮੈਂ ਬੈਠਣੇ ਵਾਲਾ ਥੋੜਾ, ਚੁੱਪ ਬੈਠਣੇ ਵਾਲਾ, ਮਰ ਸਕਦੇ ਚੁੱਪ ਨਹੀਂ ਬੈਠ ਸਕਦੇ ਅਸੀਂ, ਅਸੀਂ ਯਾਦ ਰਹਿਣਾ ਯਾਦ। ਕਿਆ ਇਸ ਮੁੱਦੇ ਨੂੰ ਲੈ ਕੇ ਪ੍ਰਸ਼ਾਸਨ ਤੁਹਾਡਾ ਸਾਥ ਨਹੀਂ ਦੇ ਰਿਹਾ? ਤੁਹਾਨੂੰ ਪਤਾ ਹੈ ਸਰਕਾਰ ਦੀ ਮੁੱਠੀ ਵਿੱਚ ਪ੍ਰਸ਼ਾਸਨ ਹੈ, ਜਿਹਨੂੰ ਕਹਿੰਦੇ ਉਹਦੇ ਪਰਚਾ ਠੋਕ ਦਿੰਦੇ, ਜਿਹਦੇ ਕੁਛ ਮਰਜ਼ੀ ਕਰਨਾ, ਜੋ ਮਰਜ਼ੀ ਕਾਰਵਾਈ ਕਰ ਦੇਣ, ਮੇਤੇ ਤੁਸੀਂ ਕਿਆ ਕਹਾਉਣਾ ਚਾਹੁੰਦੇ? ਦੱਸ ਦਈਏ ਕਿ ਅਜਵਿੰਦਰ ਸਿੰਘ ਉਹੀ ਵਿਅਕਤੀ ਹੈ ਜਿਸ ਨੇ ਨਜਾਇਜ਼ ਮਾਈਨਿੰਗ ਦੀ ਚੈਕਿੰਗ ਕਰਨ ਗਏ ਰੂਪਨਗਰ ਤੋਂ ਆਪ ਵਿਧਾਇਕ ਅਮਰਜੀਤ ਸਿੰਘ ਸੰਧੂਆ ਤੇ ਸਭ ਤੋਂ ਪਹਿਲਾਂ ਹਮਲਾ ਕੀਤਾ ਸੀ ਤੇ ਵਿਧਾਇਕ ਤੇ ਉਹਨਾਂ ਦੇ ਗਨਮੈਨ ਦੀ ਪੱਗ ਵੀ ਉਤਾਰੀ ਸੀ ਅਤੇ ਹੁਣ ਅਕਾਲੀ ਦਲ ਦੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਦੇ ਨਾਲ ਅਜਵਿੰਦਰ ਸਿੰਘ ਦੀ ਫੋਟੋ ਵਾਇਰਲ ਹੋਣ ਨਾਲ ਨਵਾਂ ਵਿਵਾਦ ਛਿੜ ਗਿਆ। ਰੂਪਨਗਰ ਤੋਂ ਬਿਮਲ ਸੈਣੀ ਦੇ ਨਾਲ ਦੈਨਿਕ ਸਵੇਰਾ TV।